ਬਹੁਤ ਸਵਾਗਤ ਹੈ ਜੀ ਦੁਨੀਆ ਭਰ ਦੇ ਪੰਜਾਬੀਆਂ ਦਾ। ਮੈਂ ਹਾਂ ਸੁਰਿੰਦਰ ਡੱਲਾ। ਅੱਜ ਦੋ ਲੋਕ ਸਭਾ ਹਲਕੇ, ਹਲਕਾ ਖਡੂਰ ਸਾਹਿਬ ਔਰ ਹਲਕਾ ਸੰਗਰੂਰ ਨੂੰ ਲੈ ਕੇ ਮੁੱਦੇ ਦੀ ਗੱਲ ਕਰਾਂਗੇ। ਇਹ ਦੋਵੇਂ ਲੋਕ ਸਭਾ ਹਲਕਿਆਂ ਦੇ ਵਿੱਚ ਸਮੀਕਰਨ ਬਹੁਤ ਤੇਜ਼ੀ ਦੇ ਨਾਲ ਬਦਲੇ ਨੇ। ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਜਿਸ ਤਰ੍ਹਾਂ ਨਾਲ ਅੰਮ੍ਰਿਤਪਾਲ ਸਿੰਘ ਨੂੰ ਉਮੀਦਵਾਰ ਐਲਾਨ ਦਿੱਤਾ ਗਿਆ, ਅਕਾਲੀ ਦਲ ਨੇ ਉਮੀਦਵਾਰ ਖੜ੍ਹਾ ਕਰ ਦਿੱਤਾ, ਜਦਕਿ ਪੰਥਕ ਹਲਕਿਆਂ ਦੇ ਵਿੱਚ ਵੀ ਇਹ ਗੱਲ ਚੱਲ ਰਹੀ ਸੀ ਕਿ ਜਦੋਂ ਸੁਖਬੀਰ ਬਾਦਲ ਖੁਦ ਸਿਮਰਨਜੀਤ ਸਿੰਘ ਮਾਨ ਕੋਲ ਗਏ ਸੀ ਸੰਗਰੂਰ ਦੇ ਵਿੱਚ, ਜਦੋਂ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਨੂੰ ਅਕਾਲੀ ਦਲ ਨੇ ਖੜ੍ਹਾ ਕਰਨਾ ਸੀ, ਅਤੇ ਸਿਮਰਨਜੀਤ ਸਿੰਘ ਮਾਨ ਨੂੰ ਉਦੋਂ ਮਨਾਉਣ ਗਏ ਸੀ ਅਕਾਲੀ ਦਲ ਦੇ ਲੋਕ ਕਿ ਕਿਉਂ ਨਾ ਮਿਲ ਕੇ ਚੋਣ ਲੜੀ ਜਾਵੇ ਜਾਂ ਬੰਦੀ ਸਿੰਘਾਂ ਲਈ ਇਹ ਸੀਟ ਛੱਡੀ ਜਾਵੇ। ਉਸ ਵੇਲੇ ਸਿਮਰਨਜੀਤ ਸਿੰਘ ਮਾਨ ਨੇ ਇਨਕਾਰ ਕੀਤਾ ਸੀ ਔਰ ਖੁਦ ਚੋਣ ਲੜੇ। ਉਹ ਹੁਣ ਅੰਮ੍ਰਿਤਪਾਲ ਸਿੰਘ ਦੇ ਚੋਣ ਲੜਨ ਦੇ ਐਲਾਨ ਤੋਂ ਬਾਅਦ ਅਕਾਲੀ ਦਲ ਨੇ ਵਿਰਸਾ ਸਿੰਘ ਵਲਟੋਹਾ ਨੂੰ ਮੈਦਾਨ ਦੇ ਵਿੱਚ ਉਤਾਰਿਆ। ਭਾਵੇਂ ਵਿਰਸਾ ਸਿੰਘ ਵਲਟੋਹਾ ਕਹਿੰਦੇ ਨੇ ਕਿ ਮੈਂ ਅੰਮ੍ਰਿਤਪਾਲ ਦੇ ਪਰਿਵਾਰ ਨੂੰ ਪਹਿਲਾਂ ਹੀ ਮਨਸ਼ਾ ਜ਼ਾਹਰ ਕੀਤੀ ਸੀ ਮੈਂ ਚੋਣ ਲੜੂੰਗਾ, ਉਹ ਪਰਿਵਾਰ ਨੂੰ ਮਿਲ ਕੇ ਵੀ ਆਏ, ਸਮਰਥਨ ਵੀ ਮੰਗਿਆ। ਉੱਧਰ ਸਿਮਰਨਜੀਤ ਸਿੰਘ ਮਾਨ ਨੇ ਤਾਂ ਆਪਣਾ ਉਮੀਦਵਾਰ ਵੀ ਉੱਥੋਂ ਪਿੱਛੇ ਕਰ ਲਿਆ ਔਰ ਉਹ ਕਹਿੰਦੇ ਕਿ ਅਗਰ ਅੰਮ੍ਰਿਤਪਾਲ ਨੂੰ ਚੋਣ ਲੜਨ ਦੀ ਇਜਾਜ਼ਤ ਨਾ ਮਿਲੀ ਭਾਰਤ ਦੇ ਚੋਣ ਕਮਿਸ਼ਨ ਤੋਂ, ਫਿਰ ਸਾਡਾ ਉਮੀਦਵਾਰ ਖੜ੍ਹੇਗਾ। ਮਤਲਬ ਕਿ ਅੰਮ੍ਰਿਤਪਾਲ ਸਿੰਘ ਨੇ ਸੰਗਰੂਰ ਦੇ ਸਾਰੇ ਸਮੀਕਰਨ ਬਦਲਤੇ ਨੇ ਔਰ ਕੱਲ੍ਹ ਸ਼ਾਮ ਨੂੰ ਦਲਬੀਰ ਗੋਲਡੀ ਨੇ ਫਿਰ ਅਸਤੀਫਾ ਦਿੱਤਾ ਸੰਗਰੂਰ ਤੋਂ। ਹੁਣ ਦਲਬੀਰ ਗੋਲਡੀ ਦੇ ਅਸਤੀਫੇ ਨੇ ਸੰਗਰੂਰ ਦੇ ਵਿੱਚ ਸੁਖਪਾਲ ਖਹਿਰਾ ਦੇ ਲਈ ਚਿੰਤਾ ਪੈਦਾ ਕਰਤੀ, ਅਕਾਲੀ ਦਲ ਦੇ ਲਈ ਚਿੰਤਾ ਖਡੂਰ ਸਾਹਿਬ ਦੇ ਵਿੱਚ ਪੈਦਾ ਕਰਤੀ ਅੰਮ੍ਰਿਤਪਾਲ ਸਿੰਘ ਨੇ, ਔਰ ਸਾਰੀਆਂ ਧਿਰਾਂ ਲਈ, ਭਾਵੇਂ ਉੱਥੇ ਆਮ ਆਦਮੀ ਪਾਰਟੀ ਹੈ, ਭਾਵੇਂ ਉੱਥੇ ਕਾਂਗਰਸ ਹੈ, ਭਾਵੇਂ ਭਾਰਤੀ ਜਨਤਾ ਪਾਰਟੀ ਹੈ। ਅੰਮ੍ਰਿਤਪਾਲ ਸਿੰਘ ਦਾ ਚੋਣ ਲੜਨ ਦਾ ਐਲਾਨ ਪਰਿਵਾਰ ਵੱਲੋਂ, ਸਾਰੇ ਸਮੀਕਰਨ ਖਡੂਰ ਸਾਹਿਬ ਦੇ ਬਦਲ ਗਏ ਔਰ ਮੈਨੂੰ ਇਸ ਤਰ੍ਹਾਂ ਦੀਆਂ ਰਿਪੋਰਟਾਂ ਨੇ ਕਿ ਜਿਹੜਾ ਨੌਜਵਾਨ ਹੈ ਖਡੂਰ ਸਾਹਿਬ ਦੇ ਵਿੱਚ, ਨੌਜਵਾਨ ਵੋਟਰ ਹੈ, ਪਿਛਲੀ ਵਾਰੀ ਬੀਬੀ ਖਾਲੜਾ ਨੂੰ ਲਗਭਗ 2,14,000 ਵੋਟਾਂ ਪਈਆਂ ਸੀ, ਉਦੋਂ ਵੀ ਨੌਜਵਾਨੀ ਨੇ ਵੱਧ ਚੜ੍ਹ ਕੇ ਸੁਖਪਾਲ ਖਹਿਰਾ ਔਰ ਬੀਬੀ ਖਾਲੜਾ ਦੀ ਮਦਦ ਕੀਤੀ ਸੀ ਜਿਹੜੇ ਪੰਜਾਬ ਏਕਤਾ ਪਾਰਟੀ ਦੇ ਵੱਲੋਂ ਉਮੀਦਵਾਰ ਬਣੇ ਸੀ। ਇਸ ਵਾਰ ਵਟਸਐਪ ਗਰੁੱਪ ਨੌਜਵਾਨ ਬਣਾ ਰਹੇ ਨੇ ਖਡੂਰ ਸਾਹਿਬ ਦੇ ਵਿੱਚ ਔਰ ਉਹ ਲਗਾਤਾਰ ਲਾਮਬੰਦ ਹੋ ਰਹੇ ਨੇ ਕਿ ਅਸੀਂ ਨਸ਼ਿਆਂ ਦੇ ਖਿਲਾਫ ਲੜਾਈ ਔਰ ਅੰਮ੍ਰਿਤ ਸੰਚਾਰ ਮੁਹਿੰਮ ਦੇ ਪਾਸੇ ਜਿਹੜੇ ਅੰਮ੍ਰਿਤਪਾਲ ਸਿੰਘ ਤੁਰੇ ਸੀ ਅਸੀਂ ਸਮਰਥਨ ਕਰਨਾ। ਸੋ ਅੰਮ੍ਰਿਤਪਾਲ ਦੇ ਹੱਕ 'ਚ ਨੌਜਵਾਨ ਵੱਡੀ ਗਿਣਤੀ 'ਚ ਲਾਮਬੰਦ ਹੋ ਰਹੇ ਨੇ ਹਲਕਾ ਖਡੂਰ ਸਾਹਿਬ। ਹੁਣ ਖਡੂਰ ਸਾਹਿਬ ਮੁੱਢ ਤੋਂ ਹੀ ਪੰਥਕ ਹਲਕਾ ਮੰਨਿਆ ਜਾਂਦਾ, ਬਹੁਤ ਵੱਡੀ ਗਿਣਤੀ 'ਚ ਉੱਥੇ ਪੰਥਕ ਵੋਟਾਂ ਨੇ, ਸ਼ਹਿਰੀ ਖੇਤਰ ਘੱਟ ਹੈ, ਲਗਭਗ 70-75% ਉਹ ਦਿਹਾਤੀ ਖੇਤਰ ਦੇ ਤੌਰ 'ਤੇ ਜਾਣਿਆ ਜਾਂਦਾ, ਖੇਤੀਬਾੜੀ 'ਤੇ ਲੋਕਾਂ ਦਾ ਕਿੱਤਾ ਔਰ ਨਸ਼ਾ ਬਹੁਤ ਵੱਡੀ ਚੁਣੌਤੀ ਹੈ। ਅੰਮ੍ਰਿਤ ਸੰਚਾਰ ਦੇ ਨਾਲ ਨੌਜਵਾਨਾਂ ਨੂੰ ਅੰਮ੍ਰਿਤਪਾਲ ਨੇ ਜੋੜਿਆ ਔਰ ਜਿਸ ਤਰ੍ਹਾਂ ਨਾਲ ਨੈਸ਼ਨਲ ਸਿਕਿਉਰਿਟੀ ਐਕਟ ਅੰਮ੍ਰਿਤਪਾਲ 'ਤੇ ਲੱਗਿਆ ਉਹ ਇੱਕ ਡਿਬੇਟ ਦਾ ਇਸ਼ੂ ਹੈ, ਬਹਿਸ ਦਾ ਮੁੱਦਾ ਹੈ, ਅਦਾਲਤਾਂ 'ਚ, ਕਚਹਿਰੀਆਂ 'ਚ, ਬੁੱਧੀਜੀਵੀਆਂ 'ਚ ਉਹਦੀ ਬਹਿਸ ਚੱਲ ਰਹੀ ਹੈ। ਅਜਿਹੇ ਹਾਲਾਤਾਂ 'ਚ ਸਿਮਰਨਜੀਤ ਸਿੰਘ ਮਾਨ ਦਾ ਸਮਰਥਨ ਕਰ ਦੇਣਾ ਔਰ ਅਕਾਲੀ ਦਲ ਦਾ ਉਮੀਦਵਾਰ ਉਤਾਰ ਦੇਣਾ, ਉਹਦੇ ਨਾਲ ਅੰਮ੍ਰਿਤਪਾਲ ਦੀ ਉਮੀਦਵਾਰੀ ਬਾਰੇ ਖਡੂਰ ਸਾਹਿਬ 'ਚ ਇੱਕ ਡਿਬੇਟ ਸ਼ੁਰੂ ਹੋਈ। ਹੁਣ ਡਿਬੇਟ ਉੱਥੇ ਕੀ ਚੱਲ ਰਹੀ ਹੈ, ਲੋਕ ਇਹ ਗੱਲਾਂ ਕਰਦੇ ਨੇ ਕਿ ਅਕਾਲੀ ਦਲ ਨੂੰ ਉਮੀਦਵਾਰ ਦੇਣਾ ਚਾਹੀਦਾ ਸੀ ਜਾਂ ਅੰਮ੍ਰਿਤਪਾਲ ਦਾ ਸਮਰਥਨ ਕਰਨਾ ਚਾਹੀਦਾ ਸੀ। ਸਿਮਰਨਜੀਤ ਸਿੰਘ ਮਾਨ ਨੇ ਆਪਣੇ ਉਮੀਦਵਾਰ ਨੂੰ ਵਾਪਸ ਲਿਆ, ਸਿਮਰਨਜੀਤ ਸਿੰਘ ਮਾਨ ਦਾ ਧੰਨਵਾਦ ਵੀ ਲੋਕ ਕਰ ਰਹੇ ਨੇ। ਅੰਮ੍ਰਿਤਪਾਲ ਕਿੰਨੀਆਂ ਕੁ ਵੋਟਾਂ ਹਾਸਲ ਕਰ ਜੂਗਾ, ਬੀਜੇਪੀ, ਆਮ ਆਦਮੀ ਪਾਰਟੀ ਔਰ ਕਾਂਗਰਸ ਵਾਲੇ ਇਹ ਚਰਚਾਵਾਂ ਕਰ ਰਹੇ ਨੇ। ਕੁਲਬੀਰ ਜੀਰਾ ਕਾਂਗਰਸ ਨੇ ਮੈਦਾਨ 'ਚ ਉਤਾਰੇ, ਕਹਿੰਦੇ ਕਿਤੇ ਨਾ ਕਿਤੇ
ਰਾਣਾ ਪਰਿਵਾਰ ਅਜਿਹੇ ਹਾਲਾਤਾਂ 'ਚ ਉੱਥੇ ਨਹੀਂ ਲੜਨਾ ਚਾਹੁੰਦਾ ਸੀ ਜਦੋਂ ਅੰਮ੍ਰਿਤਪਾਲ ਸਿੰਘ ਨੂੰ ਉੱਥੇ ਉਮੀਦਵਾਰ ਐਲਾਨ ਦਿੱਤਾ ਗਿਆ। ਪਹਿਲਾਂ ਵੀ ਇੱਕ ਵਾਰੀ ਰਾਣਾ ਗੁਰਜੀਤ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਜਿੱਤ ਨਹੀਂ ਸਕੇ ਸੀ। ਸੋ ਭਾਵੇਂ ਉਹਨਾਂ ਦਾ ਪੁੱਤਰ ਇੰਦਰ ਪ੍ਰਤਾਪ ਸਿੰਘ ਰਾਣਾ ਆਜ਼ਾਦ ਉਮੀਦਵਾਰ ਜਿੱਤੇ ਨੇ ਸੁਲਤਾਨਪੁਰ ਲੋਧੀ ਤੋਂ, ਪਰ ਕਿਤੇ ਨਾ ਕਿਤੇ ਰਾਣਾ ਪਰਿਵਾਰ ਜਾਂ ਗੁਰਜੀਤ ਰਾਣਾ ਜਿਹੜੇ ਚੰਗੀ ਸਿਆਸੀ ਸੂਝਬੂਝ ਰੱਖਦੇ ਨੇ, ਉਹ ਇਹ ਮਹਿਸੂਸ ਕਰ ਗਏ ਹੋਣਗੇ ਕਿ ਅੰਮ੍ਰਿਤਪਾਲ ਸਿੰਘ ਦੀ ਚੋਣਾਂ ਦੇ ਵਿੱਚ ਐਂਟਰੀ ਦਾ ਮਤਲਬ ਕੀ ਹੈ। ਪੰਥਕ ਹਲਕੇ ਦੇ ਵਿੱਚ ਜਦੋਂ ਅੰਮ੍ਰਿਤਪਾਲ ਦੇ ਹੱਕ 'ਚ ਲਗਾਤਾਰ ਸੰਘਰਸ਼ ਚੱਲ ਰਹੇ ਨੇ, ਅਤੇ ਅੰਮ੍ਰਿਤਪਾਲ ਅਗਰ ਉਮੀਦਵਾਰ ਬਣ ਜਾਂਦਾ ਹੈ ਤਾਂ ਨਤੀਜਾ ਨਿਕਲ ਕੀ ਸਕਦਾ ਹੈ। ਸ਼ਾਇਦ ਇਸੇ ਕਰਕੇ ਉਹਨਾਂ ਨੇ ਖਡੂਰ ਸਾਹਿਬ ਦੀ ਸੀਟ ਤੋਂ ਪੈਰ ਵੀ ਪਿੱਛੇ ਖਿੱਚਿਆ, ਭਾਵੇਂ ਉਹਨਾਂ ਨੇ ਕੁਲਬੀਰ ਜੀਰਾ ਦੇ ਲਈ ਹਾਮੀ ਭਰੀ ਕਾਂਗਰਸ ਪਾਰਟੀ ਦੇ ਵਿੱਚ। ਹੁਣ ਕੁਲਬੀਰ ਜੀਰਾ ਪੰਥਕ ਸੀਟ ਦੇ ਵਿੱਚ ਕਾਂਗਰਸ ਵੱਲੋਂ ਕੀ ਕੁਝ ਕਰ ਸਕਣਗੇ ਇਹ ਤਾਂ ਵਕਤ ਦੱਸੂਗਾ, ਪਰ ਅਕਾਲੀ ਦਲ ਔਰ ਸਿਮਰਨਜੀਤ ਸਿੰਘ ਮਾਨ ਨੂੰ ਲੈ ਕੇ ਚਰਚਾਵਾਂ ਜ਼ਰੂਰ ਹੋ ਰਹੀਆਂ ਨੇ। ਪਿਛਲੀ ਵਾਰ ਦੀ ਗੱਲ ਵੀ ਆਈ ਕਿ ਪਿਛਲੀ ਵਾਰ ਅਗਰ ਬੀਬੀ ਜਗੀਰ ਕੌਰ ਔਰ ਬੀਬੀ ਖਾਲੜਾ ਅਗਰ ਇੱਕ ਦੂਜੇ ਦਾ ਸਮਰਥਨ ਕਰ ਦਿੰਦੇ, ਅਗਰ ਬੀਬੀ ਖਾਲੜਾ ਦੇ ਹੱਕ 'ਚ ਬੀਬੀ ਜਗੀਰ ਕੌਰ ਪਿਛਲੀ ਵਾਰੀ ਬੈਠ ਜਾਂਦੇ ਜਾਂ ਅਕਾਲੀ ਦਲ ਸਮਰਥਨ ਕਰ ਦਿੰਦਾ ਤਾਂ ਬੀਬੀ ਖਾਲੜਾ ਜਿੱਤ ਸਕਦੇ ਸੀ, ਕਿਉਂਕਿ ਜਸਬੀਰ ਸਿੰਘ ਡਿੰਪਾ 4,59,000 ਵੋਟਾਂ ਲੈ ਕੇ ਗਏ ਔਰ ਬੀਬੀ ਜਗੀਰ ਕੌਰ 3 ਲੱਖ ਤੋਂ ਜ਼ਿਆਦਾ ਔਰ ਬੀਬੀ ਖਾਲੜਾ 2 ਲੱਖ ਤੋਂ ਜ਼ਿਆਦਾ। 2,14,000 ਬੀਬੀ ਖਾਲੜਾ ਔਰ 3,14,000 ਵੋਟਾਂ ਹਾਸਲ ਕੀਤੀਆਂ ਬੀਬੀ ਜਗੀਰ ਕੌਰ ਨੇ। ਇਹ ਲੋਕ ਚਰਚਾ ਕਰ ਰਹੇ ਨੇ। ਹੁਣ ਵਿਰਸਾ ਸਿੰਘ ਵਲਟੋਹਾ ਔਰ ਦੂਜੇ ਪਾਸੇ ਅੰਮ੍ਰਿਤਪਾਲ ਸਿੰਘ, ਕੀ ਉਸੇ ਤਰ੍ਹਾਂ ਦੀ ਗੱਲ ਤਾਂ ਨਹੀਂ ਬਣੂ ਖਡੂਰ ਸਾਹਿਬ ਦੇ ਵਿੱਚ ਕਿ ਇੱਕ ਪਾਸੇ ਬੀਬੀ ਜਗੀਰ ਕੌਰ ਸੀ ਔਰ ਬੀਬੀ ਪਰਮਜੀਤ ਕੌਰ ਖਾਲੜਾ ਸੀ। ਇਸ ਵਾਰ ਉਹਦੀਆਂ ਸੰਭਾਵਨਾਵਾਂ ਇਸ ਕਰਕੇ ਘੱਟ ਲੱਗ ਰਹੀਆਂ ਨੇ ਕਿਉਂਕਿ ਅੰਮ੍ਰਿਤਪਾਲ ਸਿੰਘ ਨੌਜਵਾਨ ਹੈ ਔਰ ਨੌਜਵਾਨੀ ਵੋਟਰ ਉੱਥੇ ਬਹੁਤ ਜ਼ਿਆਦਾ ਹੈ, ਔਰ ਅੰਮ੍ਰਿਤਪਾਲ ਸਿੰਘ ਨੂੰ ਬਜ਼ੁਰਗਾਂ ਦਾ ਇਸ ਗੱਲ ਦੇ ਲਈ ਵੀ ਸਮਰਥਨ ਮਿਲ ਸਕਦਾ ਹੈ ਕਿਉਂਕਿ ਅੰਮ੍ਰਿਤਪਾਲ ਨੇ ਨਸ਼ਿਆਂ ਦੇ ਖਿਲਾਫ ਲੜਾਈ ਲੜੀ ਔਰ ਅੰਮ੍ਰਿਤ ਸੰਚਾਰ ਦੀ ਮੁਹਿੰਮ ਨੂੰ ਅੱਗੇ ਤੋਰਿਆ। ਸੋ ਇਹ ਖਡੂਰ ਸਾਹਿਬ ਦੀ ਜਿਹੜੀ ਸੀਟ ਦੇ ਸਮੀਕਰਨ ਤਾਂ ਬਦਲ ਗਏ। ਹੁਣ ਸਿਮਰਨਜੀਤ ਸਿੰਘ ਮਾਨ ਨੇ ਜਦੋਂ ਸਮਰਥਨ ਕਰਤਾ ਅੰਮ੍ਰਿਤਪਾਲ ਸਿੰਘ ਦਾ, ਉਹਦਾ ਅਸਰ ਸੰਗਰੂਰ ਤੱਕ ਗਿਆ। ਪਿਛਲੀ ਵਾਰੀ ਸਿਮਰਨਜੀਤ ਸਿੰਘ ਮਾਨ ਜਿੱਤੇ, ਸਿੱਧੂ ਮੂਸੇਵਾਲਾ ਦੇ ਦੁਨੀਆ ਤੋਂ ਜਾਣ ਤੋਂ ਬਾਅਦ ਭਗਵੰਤ ਮਾਨ ਦੀ ਸਰਕਾਰ ਦੇ ਖਿਲਾਫ ਐਂਟੀ ਇਨਕੁਮੈਂਸੀ ਰਹੀ ਔਰ ਸਿਮਰਨਜੀਤ ਸਿੰਘ ਮਾਨ ਜਿੱਤੇ, ਨੌਜਵਾਨੀ ਦਾ ਸਾਥ ਮਿਲਿਆ। ਇਸ ਵਾਰ ਵੀ ਅੰਮ੍ਰਿਤਪਾਲ ਦੇ ਸਮਰਥਨ ਨਾਲ ਕਿਤੇ ਨਾ ਕਿਤੇ ਸੰਗਰੂਰ ਦੇ ਵਿੱਚ ਪੰਥਕ ਵੋਟਰ ਜਾਂ ਦਿਹਾਤੀ ਖੇਤਰ ਦੇ ਵੋਟਰ ਸਿਮਰਨਜੀਤ ਸਿੰਘ ਮਾਨ ਵਾਲੇ ਪਾਸੇ ਝੁੱਕ ਸਕਦੇ ਨੇ, ਇਸ ਤਰੀਕੇ ਦੇ ਸੰਕੇਤ ਨੇ। ਹੁਣ ਉਹ ਕਿੰਨਾ ਝੁੱਕਦੇ ਨੇ, ਕੀ ਉਹਦੇ ਨਾਲ ਸਿਮਰਨਜੀਤ ਸਿੰਘ ਮਾਨ ਦੀ ਪਰਸੈਂਟੇਜ ਵਧੂਗੀ, ਕੀ ਉਹ ਜਿੱਤ ਜਾਣਗੇ, ਕੀ ਉਹ ਨਹੀਂ ਜਿੱਤ ਸਕਣਗੇ, ਇਹ ਤਾਂ ਭਵਿੱਖ ਦੱਸੂਗਾ। ਪਰ ਸਿਮਰਨਜੀਤ ਸਿੰਘ ਮਾਨ ਅੰਮ੍ਰਿਤਪਾਲ ਦੇ ਸਮਰਥਕਾਂ ਦੇ ਵਿੱਚ ਵੋਟ ਹਾਸਲ ਜ਼ਰੂਰ ਕਰਨਗੇ, ਅਜਿਹੀਆਂ ਸੰਭਾਵਨਾਵਾਂ ਨੇ, ਔਰ ਇਹਦਾ ਸਿੱਧਾ ਨੁਕਸਾਨ ਸੁਖਪਾਲ ਸਿੰਘ ਖਹਿਰੇ ਨੂੰ ਹੋਣ ਦੀ ਸੰਭਾਵਨਾ, ਕਿਉਂਕਿ ਹੁਣ ਸਥਿਤੀਆਂ ਇਹ ਨੇ ਕਿ ਸੰਗਰੂਰ 'ਚ ਅਗਰ ਸੁਖਪਾਲ ਸਿੰਘ ਖਹਿਰਾ ਖੁੱਲ੍ਹ ਕੇ ਅੰਮ੍ਰਿਤਪਾਲ ਦਾ ਸਮਰਥਨ ਕਰਨਗੇ ਦਿਹਾਤੀ ਖੇਤਰਾਂ ਦੇ ਵਿੱਚ, ਉਹਦੇ ਨਾਲ ਸ਼ਹਿਰਾਂ ਦੇ ਵਿੱਚ ਸੁਖਪਾਲ ਖਹਿਰਾ ਦੀ ਸਥਿਤੀ ਓਨੀ ਚੰਗੀ ਨਹੀਂ ਰਹਿਣੀ ਜਿੱਥੇ ਨਿਰੋਲ ਸ਼ਹਿਰੀ ਵੋਟ ਹੈ। ਇੱਕ ਪਾਸੇ ਬੀਜੇਪੀ ਵੀ ਹੈ, ਇੱਕ ਪਾਸੇ ਉੱਥੇ ਅਕਾਲੀ ਦਲ ਵੀ ਹੈ। ਹੁਣ ਅਕਾਲੀ ਦਲ ਦੀ ਸਥਿਤੀ ਇਹ ਹੈ ਕਿ ਸੁਖਦੇਵ ਸਿੰਘ ਢੀਂਡਸਾ ਹੋਣੀ ਕਿਤੇ ਨਾ ਕਿਤੇ ਨਾਰਾਜ਼ ਨੇ, ਪਰਮਿੰਦਰ ਢੀਂਡਸਾ ਹੋਣੀ ਨਾਰਾਜ਼ ਨੇ, ਇਕਬਾਲ ਸਿੰਘ ਝੂੰਦਾ ਨੂੰ ਟਿਕਟ ਮਿਲਣ ਤੋਂ ਬਹੁਤੇ ਖੁਸ਼ ਨਹੀਂ ਢੀਂਡਸਾ ਪਰਿਵਾਰ, ਔਰ ਢੀਂਡਸਾ ਪਰਿਵਾਰ ਦੇ ਸਮਰਥਕ ਜਾਂ ਸਾਥੀ ਚੁੱਪ ਚਪੀਤੇ ਕਿਤੇ ਨਾ ਕਿਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਿਮਰਨਜੀਤ ਸਿੰਘ ਮਾਨ ਦੇ ਹੱਕ 'ਚ ਵੀ ਜਾ ਸਕਦੇ ਨੇ। ਕੁਝ ਕੁ ਤਾਂ ਚਲੇ ਵੀ ਗਏ ਹੋਣੇ ਬਿਨਾਂ ਦੱਸੇ ਜਾਂ ਆਫ ਦਾ ਰਿਕਾਰਡ ਜਿਹਨੂੰ ਕਹਿੰਦੇ ਨੇ,
ਸਿਮਰਨਜੀਤ ਸਿੰਘ ਮਾਨ ਦੇ ਨਾਲ ਰਿਪੋਰਟਾਂ ਜਿਹੜੀਆਂ ਜ਼ਮੀਨ ਤੋਂ ਨੇ ਸਿਮਰਨਜੀਤ ਸਿੰਘ ਮਾਨ ਦੇ ਸੰਬੰਧ ਦੇ ਵਿੱਚ ਉਹ ਇਸ ਤਰ੍ਹਾਂ ਦੀਆਂ ਨੇ ਕਿ ਸਿਮਰਨਜੀਤ ਸਿੰਘ ਮਾਨ ਮੁਕਾਬਲੇ ਦੇ ਵਿੱਚ ਹੈ। ਹੁਣ ਜਦੋਂ ਕਿਸੇ ਲੀਡਰ ਨੂੰ ਇਹ ਕਿਹਾ ਜਾਵੇ ਉਹ ਮੁਕਾਬਲੇ ਦੇ ਵਿੱਚ ਹੈ, ਇੱਕ ਤਾਂ ਉਹ ਸਿਟਿੰਗ ਨੇ, ਸਿਮਰਨਜੀਤ ਸਿੰਘ ਮਾਨ ਉੱਥੇ ਸਿਟਿੰਗ ਮੈਂਬਰ ਪਾਰਲੀਮੈਂਟ ਨੇ, ਉੱਪਰੋਂ ਮੁਕਾਬਲੇ ਦੇ ਵਿੱਚ ਨੇ, ਅੰਮ੍ਰਿਤਪਾਲ ਸਿੰਘ ਦਾ ਸਮਰਥਨ ਕੀਤਾ, ਸੁਖਪਾਲ ਖਹਿਰਾ ਕਿਤੇ ਨਾ ਕਿਤੇ ਕਾਂਗਰਸ ਦੇ ਕੈਂਡੀਡੇਟ ਦੇ ਤੌਰ 'ਤੇ ਚਿੰਤਾਵਾਂ 'ਚ ਇਸ ਕਰਕੇ ਵੀ ਆ ਗਏ ਕਿ ਦਲਬੀਰ ਗੋਲਡੀ ਨੇ ਕੱਲ੍ਹ ਅਸਤੀਫਾ ਦਿੱਤਾ। ਉਸ ਤਰ੍ਹਾਂ ਦਾ ਮਾਨ ਸਤਿਕਾਰ ਦਲਬੀਰ ਗੋਲਡੀ ਨੂੰ ਨਹੀਂ ਮਿਲ ਰਿਹਾ ਸੀ, ਭਾਵੇਂ ਉਹ ਨਾਰਾਜ਼ ਸੀ। ਉਂਝ ਕਾਂਗਰਸ ਦੇ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਨਾਰਾਜ਼ ਲੀਡਰਾਂ ਨੂੰ ਮਨਾਉਣ ਵੀ ਕਾਂਗਰਸ ਦੇ ਵੱਡੇ ਲੀਡਰ ਉਹਨਾਂ ਦੇ ਘਰਾਂ ਦੇ ਵਿੱਚ ਨਹੀਂ ਜਾ ਰਹੇ। ਅਜਿਹਾ ਕਿਉਂ? ਰਾਹੁਲ ਗਾਂਧੀ ਕਈ ਵਾਰੀ ਸੁਣਦੇ ਸੁਣਾਈ ਦਿੰਦੇ ਨੇ ਕਿ ਜੇ ਕੋਈ ਕਾਂਗਰਸ ਛੱਡ ਕੇ ਜਾਣਾ ਚਾਹੁੰਦਾ ਤਾਂ ਜਾਓ, ਪਰ ਰੁੱਸਿਆਂ ਨੂੰ ਨਾ ਮਨਾਉਣਾ ਇਹ ਕੋਈ ਚੰਗੀ ਰਵਾਇਤ ਨਹੀਂ ਹੈ। ਸੋ ਇਸ ਵਾਰ ਅਗਰ ਚੌਧਰੀ ਪਰਿਵਾਰ ਨਾਰਾਜ਼ ਹੋਇਆ ਤਾਂ ਕੋਈ ਘਰੇ ਮਨਾਉਣ ਨਹੀਂ ਗਿਆ, ਨਾ ਪ੍ਰਤਾਪ ਬਾਜਵਾ ਨਾ ਰਾਜਾ ਵੜਿੰਗ। ਅਗਰ ਦਲਬੀਰ ਗੋਲਡੀ ਨਾਰਾਜ਼ ਹੋਏ ਤਾਂ ਟਿਕਟ ਦੇਣ ਤੋਂ ਪਹਿਲਾਂ ਵੀ ਕੋਈ ਉਹਨਾਂ ਦੇ ਪਰਿਵਾਰ ਨੂੰ ਮਨਾਉਣ ਨਹੀਂ ਗਿਆ। ਰਾਜਾ ਵੜਿੰਗ ਔਰ ਸੁਖਪਾਲ ਖਹਿਰਾ ਤਾਂ ਗਏ ਕਿਉਂਕਿ ਚੋਣ ਦੇ ਅਭਿਆਨ ਦੀ ਸ਼ੁਰੂਆਤ ਕਰਨੀ ਸੀ, ਲੇਕਿਨ ਪਰਿਵਾਰ ਨੂੰ ਕਿਸੇ ਤਰ੍ਹਾਂ ਨਾਲ ਉਸ ਭਰੋਸੇ 'ਚ ਨਹੀਂ ਲਿਆ ਗਿਆ ਕਿ ਕਾਂਗਰਸ ਪਾਰਟੀ ਦੇ ਵਿੱਚ ਤੁਹਾਨੂੰ ਬਰਾਬਰ ਦਾ ਮਾਨ ਸਤਿਕਾਰ ਮਿਲੇਗਾ। ਜਿਸ ਤਰ੍ਹਾਂ ਨਾਲ ਦੋ ਚੋਣਾਂ ਦਲਬੀਰ ਗੋਲਡੀ ਨੇ ਲੜੀਆਂ ਅਤੇ ਪਹਿਲਾਂ ਵੀ ਉਹ ਵਿਧਾਇਕ ਰਹੇ ਨੇ, 2012 ਤੋਂ 2017 ਤੱਕ ਵੀ ਉਹ ਵਿਧਾਇਕ ਰਹੇ ਦਲਬੀਰ ਗੋਲਡੀ। ਉਂਝ ਸੁਖਪਾਲ ਖਹਿਰਾ ਨੂੰ ਚਾਹੀਦਾ ਸੀ ਕਿ ਉਹ ਦਲਬੀਰ ਗੋਲਡੀ ਨੂੰ ਹਰ ਵਕਤ ਆਪਣੇ ਨਾਲ ਰੱਖਦੇ, ਜਾਂ ਲੋਕ ਸਭਾ ਦੇ ਵਿੱਚ ਜਿਹੜਾ ਅਭਿਆਨ ਹੈ ਉਹਦੀ ਅਗਵਾਈ ਦਲਬੀਰ ਗੋਲਡੀ ਨੂੰ ਦਿੰਦੇ। ਹੁਣ ਚਰਚਾਵਾਂ ਇਸ ਤਰ੍ਹਾਂ ਦੀਆਂ ਆ ਰਹੀਆਂ ਨੇ ਕਿ ਧੂਰੀ ਹਲਕੇ ਦੇ ਵਿੱਚ ਵੀ ਜਦੋਂ ਸੁਖਪਾਲ ਖਹਿਰਾ ਦੀਆਂ ਮੀਟਿੰਗਾਂ ਹੁੰਦੀਆਂ ਨੇ, ਕਈ ਜਗ੍ਹਾ ਦਲਬੀਰ ਗੋਲਡੀ ਨੂੰ ਸੱਦਿਆ ਨਹੀਂ ਜਾਂਦਾ, ਜਾਂ ਪ੍ਰਬੰਧਕ ਨਹੀਂ ਸੱਦਦੇ, ਜਾਂ ਕੋਈ ਦੂਸਰੇ ਗਰੁੱਪ ਦੀਆਂ ਮੀਟਿੰਗਾਂ ਨੇ, ਇਸ ਤਰ੍ਹਾਂ ਦੀਆਂ ਚਰਚਾਵਾਂ ਨੇ। ਪਰ ਦਲਬੀਰ ਗੋਲਡੀ ਦਾ ਕਾਂਗਰਸ ਛੱਡਣਾ ਸੁਖਪਾਲ ਖਹਿਰੇ ਲਈ ਝਟਕਾ ਹੈ, ਔਰ ਸੁਖਪਾਲ ਔਰ ਦਲਬੀਰ ਗੋਲਡੀ ਦੇ ਅਸਤੀਫੇ ਨਾਲ ਇੱਕ ਗੱਲ ਸਾਫ਼ ਹੋ ਗਈ ਕਿ ਮੁਕਾਬਲਾ ਮੇਰੀ ਨਜ਼ਰ 'ਚ ਇੰਨਾ ਜ਼ਿਆਦਾ ਸਖ਼ਤ ਹੋ ਗਿਆ ਕਿ ਸੁਖਪਾਲ ਖਹਿਰਾ ਨੂੰ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਣੀ ਹੈ। ਕੋਈ ਕ੍ਰਿਸ਼ਮਾ ਹੀ ਕਰ ਜੇ ਸੁਖਪਾਲ ਖਹਿਰਾ ਤਾਂ ਗੱਲ ਵੱਖਰੀ ਹੈ, ਨਹੀਂ ਤਾਂ ਮੁਕਾਬਲਾ ਬਹੁਤ ਸਖ਼ਤ ਹੈ। ਉੱਧਰ ਵਿਜੇਇੰਦਰ ਸਿੰਗਲਾ ਜਿਹੜੇ 2009 'ਚ ਮੈਂਬਰ ਪਾਰਲੀਮੈਂਟ ਸੀ ਸੰਗਰੂਰ 'ਚੋਂ, ਉਹਨਾਂ ਨੂੰ ਰਾਹੁਲ ਗਾਂਧੀ ਨੇ ਸ਼੍ਰੀ ਅਨੰਦਪੁਰ ਸਾਹਿਬ ਭੇਜਤਾ। ਹੁਣ ਵਿਜੇਇੰਦਰ ਸਿੰਗਲਾ ਔਰ ਉਹਨਾਂ ਦੇ ਸਾਥੀ ਤਾਂ ਆਪਣਾ ਬੋਰੀਆ ਬਿਸਤਰਾ ਲੈ ਕੇ ਚਲੇ ਜਾਣਗੇ ਸ਼੍ਰੀ ਅਨੰਦਪੁਰ ਸਾਹਿਬ, ਅਤੇ ਫਿਰ ਸੁਖਪਾਲ ਖਹਿਰਾ ਦਾ ਪ੍ਰਚਾਰ ਕਿਵੇਂ ਅੱਗੇ ਵਧੂਗਾ ਜਦੋਂ ਕਈ ਕਾਂਗਰਸ ਦੇ ਅਜਿਹੇ ਲੀਡਰ ਜਿਹੜੇ ਖੁੱਲ੍ਹ ਕੇ ਨਾਲ ਨਹੀਂ ਚੱਲ ਰਹੇ, ਜਿਨ੍ਹਾਂ ਨੂੰ ਕਿਤੇ ਨਾ ਕਿਤੇ ਇਹ ਡਰ ਹੈ ਕਿ ਸਾਡਾ ਭਵਿੱਖ 'ਚ ਨੁਕਸਾਨ ਨਾ ਹੋ ਜੇ। ਅਗਰ ਸੁਖਪਾਲ ਖਹਿਰਾ ਜਿੱਤ ਗਏ ਫਿਰ ਤਾਂ ਗੱਲ ਠੀਕ ਹੈ, ਅਗਰ ਨਾ ਜਿੱਤੇ ਤਾਂ ਸਾਡਾ ਸੰਗਰੂਰ ਦੀ ਸਿਆਸਤ 'ਚ ਨੁਕਸਾਨ ਨਾ ਹੋ ਜੇ। ਸੋ ਕਾਂਗਰਸ ਦੇ ਵਿੱਚ ਇੱਕ ਸਭ ਤੋਂ ਵੱਡੀ ਸਮੱਸਿਆ ਹੈ ਕਿ ਕਾਂਗਰਸ ਦੇ ਵਿੱਚ ਉਸ ਤਰ੍ਹਾਂ ਦਾ ਟੀਮ ਵਰਕ ਨਹੀਂ ਦਿਖਦਾ ਜਿਸ ਤਰ੍ਹਾਂ ਦਾ ਆਮ ਆਦਮੀ ਪਾਰਟੀ 'ਚ ਹੈ ਜਾਂ ਭਾਰਤੀ ਜਨਤਾ ਪਾਰਟੀ 'ਚ ਹੈ। ਸੋ ਕਾਂਗਰਸ 'ਚ ਗੁੱਟ ਬਹੁਤ ਜ਼ਿਆਦਾ ਹੈ, ਔਰ ਗੁੱਟਾਂ ਕਾਰਨ ਹੀ ਕਾਂਗਰਸ ਚਿੰਤਾ ਦੇ ਵਿੱਚ ਹੈ। ਸੋ ਖਡੂਰ ਸਾਹਿਬ ਤੋਂ ਬਾਅਦ ਅਗਰ ਅੰਮ੍ਰਿਤਪਾਲ ਨੇ ਸਮੀਕਰਨ ਖਡੂਰ ਸਾਹਿਬ ਦੇ ਬਦਲੇ ਨੇ, ਅਤੇ ਅੰਮ੍ਰਿਤਪਾਲ ਨੇ ਸੰਗਰੂਰ ਦੇ ਵੀ ਸਮੀਕਰਨ ਬਦਲੇ ਨੇ, ਅਤੇ ਸੁਖਪਾਲ ਖਹਿਰਾ ਲਈ ਬਹੁਤ ਚੁਣੌਤੀ ਵਾਲੀ ਗੱਲ ਸੰਗਰੂਰ ਦੇ ਵਿੱਚ ਹੋ ਜਾਣੀ ਹੈ। ਉਂਝ ਸਵਾਲ ਕਈ ਵਾਰੇ ਖੜ੍ਹੇ ਹੁੰਦੇ ਨੇ ਕਿ ਕਾਂਗਰਸ ਪਾਰਟੀ ਨੇ ਜਿਹੜੀ ਵੱਡੇ ਚਿਹਰਿਆਂ ਦੀ ਅਦਲਾ ਬਦਲੀ ਕੀਤੀ ਹੈ, ਇਹਦੇ ਪਿੱਛੇ ਪੈਮਾਨਾ ਕੀ ਸੀ, ਇਹਦੇ ਪਿੱਛੇ ਆਧਾਰ ਕੀ ਸੀ, ਕਿ ਸਥਾਨਕ ਲੀਡਰਸ਼ਿਪ ਨੂੰ ਭਰੋਸੇ 'ਚ ਲਿਆ ਕਿ ਸੁਖਪਾਲ ਖਹਿਰਾ ਨੂੰ ਸੰਗਰੂਰ ਉਤਾਰਨ ਤੋਂ ਪਹਿਲਾਂ ਸਾਰੀ ਸੰਗਰੂਰ ਦੀ ਇਕਾਈ ਨਾਲ ਹਾਈ ਕਮਾਂਡ ਨੇ ਬੁਲਾ ਕੇ ਦਿੱਲੀ ਕੋਈ ਸਲਾਹ ਮਸ਼ਵਰਾ ਕੀਤਾ? ਸ਼ਾਇਦ ਨਹੀਂ ਕੀਤਾ।
ਇਹਨਾਂ ਗੱਲਾਂ ਦਾ ਵੀ ਕਾਂਗਰਸ ਨੂੰ ਕਿਤੇ ਨਾ ਕਿਤੇ ਨੁਕਸਾਨ ਹੋ ਰਿਹਾ। ਸੋ ਇਹ ਦੋਵੇਂ ਸੀਟਾਂ ਤੋਂ ਸਿਮਰਨਜੀਤ ਸਿੰਘ ਮਾਨ ਔਰ ਅੰਮ੍ਰਿਤਪਾਲ ਸਿੰਘ, ਇਹ ਦੋਵੇਂ ਸੀਟਾਂ ਤੋਂ ਇਹ ਚਰਚਿਤ ਨਾਮ ਨੇ। ਔਰ ਸੁਖਪਾਲ ਖਹਿਰਾ ਵੱਡਾ ਨਾਮ ਸੀ, ਪਰ ਦਲਬੀਰ ਗੋਲਡੀ ਨੂੰ ਸਾਂਭ ਨਹੀਂ ਸਕੇ ਕਿਤੇ ਨਾ ਕਿਤੇ ਕਾਂਗਰਸ ਦੇ ਲੀਡਰ। ਔਰ ਦਲਬੀਰ ਗੋਲਡੀ ਦੇ ਕਾਂਗਰਸ ਛੱਡਣ ਦੇ ਨਾਲ ਹੀ ਸੁਖਪਾਲ ਖਹਿਰਾ ਨੂੰ ਵੀ ਵੱਡਾ ਝਟਕਾ ਇੱਥੋਂ ਲੱਗਿਆ। ਸੋ ਬੜੇ ਦਿਲਚਸਪ ਮੁਕਾਬਲੇ ਇਹਨਾਂ ਦੋਨਾਂ ਸੀਟਾਂ 'ਤੇ ਹੋਣੇ ਨੇ। ਔਰ ਜਿਵੇਂ ਜਿਵੇਂ ਨਵੇਂ ਨਵੇਂ ਸਮੀਕਰਨ ਇਹਨਾਂ ਦੋਵਾਂ ਸੀਟਾਂ ਦੇ ਬਣਨਗੇ ਜਾਂ ਅਗਲੀਆਂ ਸੀਟਾਂ ਦੇ ਬਣਨਗੇ, ਅਤੇ ਮੁੱਦੇ ਦੀ ਗੱਲ ਦੇ ਵਿੱਚ ਆਪਾਂ ਜ਼ਰੂਰ ਗੱਲਬਾਤ ਕਰਦੇ ਰਹਾਂਗੇ। ਤੁਹਾਡਾ ਕੋਈ ਵੀ ਸੁਝਾਅ ਹੈ ਤੁਸੀਂ ਮੈਨੂੰ ਕਮੈਂਟ 'ਚ ਵੀ ਭੇਜ ਸਕਦੇ ਹੋ। ਹਰ ਧਿਰ ਦੇ ਪੱਖ ਦਾ ਸਵਾਗਤ ਹੈ। ਅਗਰ ਕਿਸੇ ਧਿਰ ਨੂੰ ਕਿਸੇ ਗੱਲ ਤੋਂ ਅਸਹਿਮਤੀ ਹੈ ਤਾਂ ਤੁਸੀਂ ਮੈਨੂੰ ਵਟਸਐਪ ਦੇ ਜ਼ਰੀਏ ਵੀ ਆਪਣਾ ਸੁਨੇਹਾ ਭੇਜ ਸਕਦੇ ਹੋ ਜਾਂ ਤੁਸੀਂ ਕਮੈਂਟ 'ਚ ਸਾਂਝੀ ਕਰ ਸਕਦੇ ਹੋ ਆਪਣੀ ਗੱਲ। ਬਹੁਤ ਬਹੁਤ ਧੰਨਵਾਦ।